ਰਾਜ ਸਥਾਪਿਤ ਕਰੇਗੀ। ਔਰ ਮੈਂ ਸਮਝਦਾ ਕਿ BSP ਔਰ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਮੁੱਦੇ ਹੈ ਉਹ ਲਗਭਗ ਇੱਕਣੇ। ਦਲਿਤ ਕੁਚਲੇ ਹੋਏ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਨਾ, SC ਔਰ SC ਭਾਈਚਾਰੇ ਦੀ ਆਵਾਜ਼ ਨੂੰ ਬੁਲੰਦ ਕਰਨਾ, ਕਿਸਾਨੀ ਜਿਹੜੀਆਂ ਜ਼ਰੂਰਤਾਂ ਹੈ ਉਹਨਾਂ ਨੂੰ ਪੂਰੇ ਕਰਨਾ, ਔਰ ਲੋਕਲ ਮੁੱਦੇ ਜਿਹੜੇ ਸ਼ਹਿਰੀ ਮੁੱਦੇ ਆ ਉਹਨਾਂ ਦੇ ਉੱਤੇ ਪਹਿਰਾ ਦੇਣਾ ਸ਼੍ਰੋਮਣੀ ਅਕਾਲੀ ਦਲ ਔਰ BSP ਦਾ ਮੁੱਖ ਮੁੱਦਾ ਆ। ਸੋ ਮੈਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਦੇਣਾ ਔਰ ਬੇਨਤੀ ਕਰਾਂਗਾ ਸ਼੍ਰੀ ਅਨਿਲ ਮੀਡੀਆ ਜੀ ਉਹ ਆਪਣੇ ਵਿਚਾਰ ਰੱਖਣਗੇ। ਅਨਿਲ ਜੀ ਸਾਥੀਓ, ਸਭ ਤੋਂ ਪਹਿਲਾਂ ਜੈ ਭੀਮ, ਜੈ ਭਾਰਤ, ਜੈ ਭੀਮ, ਜੈ ਭਾਰਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਥੀਓ, ਸਭ ਤੋਂ ਪਹਿਲਾਂ ਤੇ ਸਾਡੀ ਰਾਸ਼ਟਰੀ ਅਧਿਕਸ਼ਾ ਔਰ ਦੇਸ਼ ਦੀ ਥਰਡ ਲਾਰਜੈਸਟ ਪਾਰਟੀ ਬਹੁਜਨ ਸਮਾਜ ਪਾਰਟੀ ਦੀ ਨੈਸ਼ਨਲ ਪ੍ਰੈਜ਼ੀਡੈਂਟ ਸਾਡੀ ਆਦਰਸ਼ ਨੇਤਾ ਭੈਣ ਕੁਮਾਰੀ ਮਾਇਆਵਤੀ ਜੀ ਨੂੰ ਮੈਂ ਪਹਿਲਾਂ ਸਲਿਊਟ ਅਤੇ ਸਲਾਮ ਕਰਦਾ, ਔਰ ਸਾਡੀ ਜਿਹੜੀ ਸਟੇਟ ਦੀ ਲੀਡਰਸ਼ਿਪ ਪ੍ਰਭਾਰੀ ਜੀ ਸ਼੍ਰੀ ਰਣਧੀਰ ਬੇਨੀਵਾਲ ਜੀ, ਔਰ ਸਾਡੇ ਜਿਹੜੇ ਬਸਪਾ ਸਟੇਟ ਪ੍ਰੈਜ਼ੀਡੈਂਟ ਸਰਦਾਰ ਜਸਵੀਰ ਸਿੰਘ ਗੜੀ ਜੀ, ਉਹਨਾਂ ਦੀ ਦਿਸ਼ਾ ਨਿਰਦੇਸ਼ ਦੇ ਅੰਡਰ ਇਹ ਜਿਹੜਾ ਪਵਿੱਤਰ ਔਰ ਪਾਇਸ ਅਲਾਇੰਸ ਹੋਇਆ ਅਕਾਲੀ ਦਲ ਔਰ ਬਹੁਜਨ ਸਮਾਜ ਪਾਰਟੀ ਦੇ ਵਿੱਚ। ਇਹ ਸਾਥੀਓ, ਇਹ ਹਿਸਟੋਰਿਕ ਅਲਾਇੰਸ ਹੈ, ਇਹ ਟਾਈਮ ਟੈਸਟਡ ਅਲਾਇੰਸ ਹੈ। ਅਸੀਂ ਪਹਿਲਾਂ ਵੀ ਦੇਖਿਆ 1992 ਦੇ ਵਿੱਚ ਜਦੋਂ ਅਲਾਇੰਸ ਹੋਇਆ ਸੀ ਸਾਥੀਓ, ਅਸੀਂ 17 ਦੇ ਵਿੱਚੋਂ ਅਸੀਂ ਸਾਥੀਓ 13 ਸੀਟਾਂ ਜਿੱਤ ਕੇ ਗਏ ਸੀ। ਇਹ ਮੈਨੂੰ ਲੱਗਦਾ ਕਿ ਇਹ ਅਲਾਇੰਸ ਇੱਕ ਟਾਈਮ ਟੈਸਟਡ ਅਲਾਇੰਸ ਹੈ। ਐਡਾ ਸਟਰੋਂਗ ਅਲਾਇੰਸ ਪੰਜਾਬ ਦੇ ਵਿੱਚ ਅੱਜ ਤੱਕ ਕਦੇ ਨਾ ਬਣਿਆ ਔਰ ਨਾ ਹੀ ਬਣੂਗਾ। ਔਰ ਮੈਨੂੰ ਲੱਗਦਾ ਇਹ ਅਲਾਇੰਸ ਜਿਹੜਾ ਇਹ ਸਾਰੇ ਜਿਹੜੇ ਸਾਡੇ ਸਾਥੀ ਜਿਹੜੇ ਸਟੋਕ ਤੇ ਪ੍ਰੈਸਰ ਦਿੰਦੇ ਆ, ਨਾਲ ਹੀ ਅਕਾਲੀ ਦਲ ਦਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਹਨਾਂ ਨੇ ਕਮਲ ਸਿੰਘ ਜੀ, ਸਾਧਕਰ ਭਾਟੀਆ ਦਾ, ਸਾਡੇ ਬਸਪਾ ਦੇ ਪ੍ਰਭਾਰੀ ਸਾਰੇ ਜਿਹੜੇ ਸਾਡੇ ਮੇਰੇ ਸਾਥੀ ਆਏ ਨੇ ਪਹਿਲਾਂ ਕਮਲ ਜੀ ਭਾਟੀਆ ਨੇ ਕਿਹਾ, ਇਹ ਸਾਰਿਆਂ ਦਾ ਬਹੁਤ ਬਹੁਤ ਧੰਨ। ਸਾਥੀ, ਜਿਹੜਾ ਅਲਾਇੰਸ ਹੈ, ਅਲਾਇੰਸ ਇਹ ਆਪਣੇ ਲੈਵਲ 'ਤੇ ਨਹੀਂ ਹੋ ਗਿਆ, ਇਹ ਅਲਾਇੰਸ ਪੰਜਾਬ ਦੇ ਔਰ ਦੇਸ਼ ਦੇ ਲੋਕਾਂ ਦੀ ਆਵਾਜ਼ ਸੀ ਕਿ ਜਿਸ ਤਰ੍ਹਾਂ ਨਾਲ ਮਜ਼ਦੂਰਾਂ ਦਾ, ਕਿਸਾਨਾਂ ਦਾ, ਸਟੂਡੈਂਟ ਦਾ, ਆਮ ਆਦਮੀ ਪਾਰਟੀ ਦਾ, ਗਰੀਬ ਦਾ, ਜਿੰਨੇ ਸੱਚੇ ਸਾਰੇ ਸੈਗਮੈਂਟ ਹੈਗੇ, ਡਿਫਰੈਂਟ ਸੈਗਮੈਂਟ ਆਫ ਸੋਸਾਇਟੀ, ਇਹ ਜਿੱਦਾਂ ਮਹਿਲਾਵਾਂ ਦਾ ਇਹ ਕਾਂਡ ਕੀਤਾ ਗਿਆ ਪਿਛਲੇ 5 ਦੇ ਵਿੱਚ, 6 ਦੇ ਵਿੱਚ, ਔਰ ਜਿੱਦਾਂ ਪੰਜਾਬ ਦੇ ਵਿੱਚ ਆਮ ਆਦਮੀ ਨੂੰ ਕੁਚਲਿਆ ਗਿਆ, ਇਹ ਲੋਕਾਂ ਦੀ, ਇਹ ਵਰਕਰ ਦੀ ਇਹ ਐਸਪੀਰੇਸ਼ਨ ਸੀਗੀ ਕਿ ਅਸੀਂ ਇੱਦਾਂ ਦਾ ਸਟਰੋਂਗ ਅਲਾਇੰਸ ਬਣਾਈਏ, ਔਰ ਇਹੋ ਜਿਹੀਆਂ ਜਿਹੜੀ ਤਾਕਤਾਂ ਜਿਹੜੀਆਂ ਪੰਜਾਬ ਨੂੰ ਬਰਬਾਦ ਕਰ ਰਹੀਆਂ ਉਹਨਾਂ ਦੇ ਅਗੇਂਸਟ ਇੱਕ ਡਟ ਕੇ ਵਾਜ ਬੁਲੰਦ ਕਰੀਏ। ਔਰ ਮੈਨੂੰ ਲੱਗਦਾ ਇਹ ਅਲਾਇੰਸ ਇਹ ਕਲੀਨ ਸਵੀਪ ਕਰੂਗਾ। ਇਹ ਅਲਾਇੰਸ ਦੇ ਅੱਗੇ ਨਾ BJP ਟਿਕੂਗੀ, ਨਾ ਆਮ ਆਦਮੀ ਪਾਰਟੀ ਟਿਕੂਗੀ, ਨਾ ਕਾਂਗਰਸ ਟਿਕੂਗੀ। ਸਾਥੀਓ, ਕਾਂਗਰਸ ਤੋਂ ਆਪਾਂ ਦੇਖਿਆ ਹੀ ਹੈ ਕਿ ਸਟੂਡੈਂਟ SC ਸਟੂਡੈਂਟ ਨੂੰ ਪਿਛਲੇ 6 ਸਾਲ, ਚਾਰ ਸਾਲ, 4.5 ਸਾਲ ਦੇ ਵਿੱਚ ਪੋਸਟ ਮੈਟ੍ਰਿਕ ਸਕੋਲਰਸ਼ਿਪ ਦੇ ਮੁੱਦੇ ਦੇ ਉੱਤੇ ਕਿੱਦਾਂ ਜਲੀਲਕਰ ਕੀਤਾ ਜਾ ਰਿਹਾ। ਪੋਸਟ ਮੈਟ੍ਰਿਕ ਸਕੋਲਰਸ਼ਿਪ ਬੰਦ ਕਰ ਦਿੱਤੀ ਸੀ ਸਾਡੇ ਪ੍ਰਧਾਨ ਨੇ, ਸੰਗਰੂਰ ਦੇ ਵਿੱਚ ਰਾਹੁਲ ਗਾਂਧੀ ਜੀ ਨੂੰ ਕਾਲੇ ਝੰਡੇ ਦਿੱਤੇ ਦਿਖਾਏ, ਔਰ ਉਸੇ ਦਿਨ ਕੈਪਟਨ ਨੇ ਸਕੀਮ ਅਨਾਊਂਸ ਕੀਤੀ। ਲੇਕਿਨ ਸਾਥੀਓ, ਤੁਹਾਨੂੰ ਸੁਣ ਕੇ ਹੈਰਾਨੀ ਰਹੇਗੀ, ਕੈਪਟਨ ਨੇ ਉਹ ਸਕੀਮ ਦੁਬਾਰਾ ਫਿਰ ਬੰਦ ਕਰ ਦਿੱਤੀ। ਅਸੀਂ ਇਹ ਸਾਰੀਆਂ ਗੱਲਾਂ ਦਾ ਸਾਡੇ ਜਿਹੜੇ ਦਲਿਤ ਸਾਥੀ ਨੇ ਬਦਲਾ ਲੈਣਗੇ, ਔਰ ਮੈਂ ਸਮਝਦਾ ਕਿ ਭਰਪੂਰ ਮਾਤਰਾ ਵਿੱਚ ਵੋਟਾਂ ਕਰ ਦੇਣਗੇ ਔਰ ਬਹੁਜਨ ਸਮਾਜ ਪਾਰਟੀ ਔਰ ਅਕਾਲੀ ਦਲ ਦੇ ਅਲਾਇੰਸ ਨੂੰ 2032 ਦੇ ਵਿੱਚ ਜਿੱਤ ਦਿਵਾਉਣਗੇ। ਇਹ ਅਲਾਇੰਸ ਸਾਡੇ ਸਤਿਗੁਰੂਆਂ ਮਹਾਂਪੁਰਸ਼ਾਂ ਨੂੰ ਸਨਮਾਨ ਦੇਣ ਦਾ ਅਲਾਇੰਸ ਹੈ। ਸਾਥੀਓ, ਇਹ ਸਾਡੀ ਨੈਚੁਰਲ ਅਲਾਇੰਸ ਹੈ, ਸਾਡੀ ਵਿਚਾਰਧਾਰਾ ਸੇਮ ਹੈ, ਸਾਡਾ ਸਾਰਿਆਂ ਦਾ ਸਮਾਨਤਾ ਔਰ ਗੈਰ ਬਰਾਬਰੀ ਖਤਮ ਕਰਨ ਦਾ ਲੜਾਈ ਹੈ। ਔਰ ਸਾਡੇ ਜਿਹੜੇ ਬਾਂਸਲ ਤੋਂ ਸਾਡੀ ਜਾਂਦੇ, ਸਾਡੇ ਜਿਹੜੇ ਬਾਂਸਲ ਸਰ ਜਿਹੜੇ ਇੰਟਲੈਕਚੁਅਲ ਵਿੰਗ ਦੇ ਸਾਡੇ ਸਾਥੀ ਨੇ, ਸਾਥੀਓ ਇਹ ਬਹੁਤ ਇੰਪੋਰਟੈਂਟ ਰੋਲ ਬਣਾ ਪਲੇ ਕਰਦੇ, ਗਵਰਨਮੈਂਟ ਇੰਪਲਾਈ ਸਾਡੇ ਸਰ ਜੀ, ਮੈਂ ਇਹਨਾਂ ਨੂੰ ਸਲਿਊਟ ਕਰਦਾ, ਸਲਾਮ ਕਰਦਾ, ਸਾਰਿਆਂ ਨੇ ਇਹਦੇ ਵਿੱਚ ਯੁੱਧ ਦੇ ਵਿੱਚ ਇਕੱਠੇ ਹੋ ਕੇ ਲੜਨਾ, ਔਰ ਇਹ ਸੱਤਾ ਜਿਹੜੀ ਹੈ ਇਹਨੂੰ ਨਸਦਾ ਨਬੂਜ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਜੈ ਭੀਮ, ਜੈ ਭਾਰਤ। ਜਿਸ ਤਰ੍ਹਾਂ ਕਿ ਤੁਹਾਨੂੰ ਸਾਰੇ ਸਾਡੇ ਸੀਨੀਅਰ ਲੀਡਰਸ਼ਿਪ ਨੇ ਦੱਸਿਆ ਕਿ ਅੱਜ ਪੰਜਾਬ ਦੇ ਵਿੱਚ ਇੱਕ ਬਹੁਤ ਇਤਿਹਾਸਿਕ ਦਿਨ,
ਸ਼੍ਰੋਮਣੀ ਅਕਾਲੀ ਦਲ ਔਰ ਬਸਪਾ ਦਾ ਇੱਕ ਬਹੁਤ ਵੱਡਾ ਇਤਿਹਾਸਿਕ ਅਲਾਇੰਸ, ਜਿਹੜਾ ਕਿ ਟਾਈਮ ਟੈਕਸੀ ਦੇ ਅਲਾਇੰਸ ਪਹਿਲੇ ਵੀ ਹੋ ਚੁੱਕਾ ਹੈ, ਉਸੇ ਅਲਾਇੰਸ ਦੇ ਦੌਰਾਨ ਅੱਜ ਪੰਜਾਬ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਔਰ ਬਸਪਾ ਦੀ ਸੀਨੀਅਰ ਲੀਡਰਸ਼ਿਪ ਨੇ ਸਵੇਰੇ ਜਿਸ ਵੇਲੇ ਇਸ ਅਲਾਇੰਸ ਦਾ ਜਿਸ ਵੇਲੇ ਐਲਾਨ ਕੀਤਾ, ਉਸ ਤੋਂ ਬਾਅਦ ਪੰਜਾਬ ਦੇ ਵਿੱਚ ਗਲੀ ਗਲੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਔਰ ਬਸਪਾ ਬਹੁਜਨ ਸਮਾਜ ਪਾਰਟੀ ਦੇ ਸਾਰੇ ਵਰਕਰਾਂ ਦੇ ਵਿੱਚ ਇੰਨਾ ਵੱਡਾ ਉਤਸ਼ਾਹ ਸੀ, ਕਿਉਂਕਿ ਸਵੇਰ ਤੋਂ ਲੈ ਕੇ ਹੁਣ ਤੱਕ ਹਰ ਗਲੀ ਦੇ ਵਿੱਚ, ਹਰ ਮੁਹੱਲੇ ਦੇ ਵਿੱਚ, ਸਾਡੇ ਸੈਂਟਰ ਹਲਕੇ ਦੇ ਵਿੱਚ, ਹਰ ਹਲਕੇ ਦੇ ਵਿੱਚ, ਪੰਜਾਬ ਦੇ ਇਕੱਲੀ ਇਕੱਲੀ ਗਲੀ ਦੇ ਵਿੱਚ ਖੁਸ਼ੀ ਮਨਾਈ ਗਈ, ਢੋਲ ਵਜਾਏ ਗਏ, ਲੱਡੂ ਵੰਡੇ ਗਏ। ਇਸੇ ਦੌਰਾਨ ਅੱਜ ਅਸੀਂ ਇੱਥੇ ਸੈਂਟਰ ਹਲਕੇ ਦੇ ਵਿੱਚ ਸ਼ੋਪਕੀਪਰ ਐਸੋਸੀਏਸ਼ਨ, ਬੁੱਧ ਚੌਂਕ ਟੀਚਰ ਐਸੋਸੀਏਸ਼ਨ ਦੇ ਵਿੱਚ ਸਰਦਾਰ ਕਮਲਜੀਤ ਸਿੰਘ ਜੀ ਭਾਟੀਆ ਜਿਹੜੇ ਸਾਡੇ PSC ਦੇ ਮੈਂਬਰ ਨੇ ਹਾਈਕਮਾਂਡ ਦੇ, ਉਹਨਾਂ ਦੀ ਅਗਵਾਈ ਦੇ ਵਿੱਚ, ਸ਼੍ਰੀ ਨਰਿੰਦਰ ਜੀ ਜਿਹੜੇ PSP ਤੋਂ ਆਏ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਆਪਾਂ ਅੱਜ ਇੱਥੇ ਸਾਰੇ ਵਰਕਰ ਇਕੱਠੇ ਹੋਏ ਹਾਂ। ਔਰ ਮੈਂ ਇਹ ਸਮਝਦਾ ਕਿ ਇਹ ਅਲਾਇੰਸ ਜਿਹੜਾ ਕਿ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਸਪਾ ਦੀ ਜਿਹੜੀ ਸਰਕਾਰ ਬਣਨ ਜਾ ਰਹੀ ਹੈ, ਅੱਜ ਉਹ ਸਮੇਂ ਦੀ ਦੀਵਾਰ ਦੇ ਉੱਤੇ ਲਿਖਿਆ ਗਿਆ ਹੈ ਕਿ 2022 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਸਪਾ ਦੀ ਸਰਕਾਰ ਬਣੇਗੀ ਔਰ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਮੁੱਖ ਮੰਤਰੀ ਬਣਨਗੇ। ਔਰ ਕਿਉਂਕਿ ਉਹ ਪਹਿਲਾਂ ਹੀ ਜਿਸ ਵੇਲੇ ਅੱਜ ਤੋਂ ਮਹੀਨਾ ਪਹਿਲੇ ਇਸ ਚੌਂਕ ਦੇ ਵਿੱਚ ਬਾਬਾ ਸਾਹਿਬ ਦੇ ਜਨਮ ਦਿਹਾੜੇ 'ਤੇ ਆਏ ਸੀ ਅਤੇ ਐਲਾਨ ਕਰਕੇ ਗਏ ਸੀ ਕਿ ਜਿਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ ਪੰਜਾਬ ਦੇ ਵਿੱਚ ਦਲਿਤ ਸਮਾਜ, ਦਲਿਤ ਭਾਈਚਾਰੇ ਤੋਂ ਡਿਪਟੀ CM ਬਣਾਇਆ ਜਾਏਗਾ। ਇਸ ਕਰਕੇ ਮੈਂ ਬਹੁਤ ਧੰਨਵਾਦ ਕਰਦਾ ਦੋਨੇ ਲੀਡਰਸ਼ਿਪ ਦਾ ਔਰ ਸਵਾਗਤ ਕਰਦਾ ਇਸ ਫੈਸਲੇ ਨੂੰ। ਸਾਰੇ ਵਰਕਰਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਹੈ, ਤੁਹਾਡਾ ਸਾਰਿਆਂ ਦਾ ਧੰਨਵਾਦ। ਪਰ ਅੱਜ ਤੋਂ ਇਹ ਲੜਾਈ ਸ਼ੁਰੂ ਹੋਈ ਹੈ, ਅਸੀਂ ਸਾਰਿਆਂ ਨੇ ਅੱਜ ਹੁਣ ਰਹਿੰਦੇ 7-8 ਮਹੀਨਿਆਂ ਦੇ ਵਿੱਚ ਘਰ ਘਰ ਗਲੀ ਗਲੀ ਇਹ ਸੁਨੇਹਾ ਦੇਣਾ ਕਿ ਜਿਹੜੀ ਕਾਂਗਰਸ ਦੀ ਲੋਕਲ ਸਰਕਾਰ ਚੱਲ ਰਹੀ ਹੈ ਜਾਂ ਸੈਂਟਰ ਦੀ ਸਰਕਾਰ ਚੱਲ ਰਹੀ ਹੈ, ਇਹ ਲੋਕ ਮਾਰੂ ਨੀਤੀਆਂ, ਦਲਤਾਂ ਦੀ ਮਾਰੂ ਨੀਤੀਆਂ ਦੇ ਨਾਲ ਚੱਲ ਰਹੀ ਹੈ। ਅਸੀਂ ਘਰ ਘਰ ਸੁਨੇਹਾ ਦੇ ਕੇ ਹਰ ਵਰਕਰ ਨੂੰ, ਹਰ ਇੱਕ ਨੇ ਆਪਣੀ ਡਿਊਟੀ ਸਮਝਣੀ ਹੈ। ਮੈਂ ਤੁਹਾਡਾ ਸਾਰੇ ਆਇਆਂ ਦਾ ਧੰਨਵਾਦ ਕਰਦਾ। ਸਾਡੇ ਵੀਰ ਮੇਰੇ ਬਹੁਤ ਹੀ ਸਤਿਕਾਰਯੋਗ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਪ੍ਰੈਸ ਸਕੱਤਰ ਸਰਦਾਰ ਚਰਨਜੀਤ ਸਿੰਘ ਲਾਲੀ ਜੀ ਵੀ ਸਾਡੇ ਵਿੱਚ ਆਏ ਨੇ, ਉਹਨਾਂ ਦਾ ਵੀ ਧੰਨਵਾਦ ਕਰਦਾ। ਔਰ ਉਮੀਦ ਕਰਦਾ ਸਾਰੇ ਵਰਕਰ ਆਪਣੀ ਡਿਊਟੀ ਸਮਝ ਕੇ ਆਉਣ ਵਾਲੇ ਸਮੇਂ ਦੇ ਵਿੱਚ ਹਰ ਲੀਡਰ ਦੇ ਨਾਲ, ਹਰ ਇੱਕ ਭਾਈਚਾਰੇ ਦੇ ਨਾਲ ਰਲ ਕੇ ਪਾਰਟੀ ਲਈ ਕੰਮ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ।